ਜਰਨੈਲ ਹਰੀ ਸਿੰਘ ਨਲੂਆ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਬੱਧੋਵਾਲ ਵਿਖੇ ਬਾਪੂ ਅਜੈਬ ਸਿੰਘ ਦੀ ਯਾਦ ਵਿੱਚ ਗੁਰਦੁਆਰਾ ਸਵਾਲਾ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਸਾਬਕਾ ਸਰਪੰਚ ਸੇਵਾ ਸਿੰਘ ਗਿਆਸਪੁਰਾ ਨੇ ਕੀਤਾ। ਉਹਨਾਂ ਕਿਹਾ ਇਹ ਸੁਸਾਇਟੀ ਵੱਲੋਂ ਕੀਤਾ ਗਿਆ ਬਹੁਤ ਹੀ ਵਧੀਆ ਉਪਰਾਲਾ ਹੈ। ਐਨਕਾਊਂਟਰ ਨਿਊਜ਼ ਲੁਧਿਆਣਾ ਤੋਂ ਲਖਵੀਰ ਸਿੰਘ ਦੀ ਰਿਪੋਰਟ। ਇਹ ਹਰੀ ਸਿੰਘ ਨਲੂਆ ਵੈਲਫੇਅਰ ਸੁਸਾਇਟੀ ਵੱਲੋਂ ਲਾਇਆ ਜਾਂਦਾ ਕੰਮ, ਇੱਕ ਨਹੀਂ ਹੈ ਬਹੁਤ ਕੈਂਪ ਲਾਏ ਇਹਨਾਂ ਨੇ ਔਰ ਚੰਗਾ ਉਪਰਾਲਾ ਹੈ ਇਹਨਾਂ ਦਾ। ਅਤੇ ਇਹ ਮਤਲਬ ਦਵਾਈਆਂ ਦਾ ਮੈਡੀਕਲ ਕੈਂਪ ਵੀ ਲਾਉਂਦੇ ਨੇ ਅਤੇ ਰਾਸ਼ਨ ਵੰਡ ਜਿਹੜਾ ਹੁੰਦਾ ਉਹ ਵੀ ਕਰਦੇ ਨੇ ਅਤੇ ਲੜਕੀਆਂ ਦੇ ਸਿਲਾਈ ਮਸ਼ੀਨਾਂ ਵਗੈਰਾ ਜਾਂ ਟਰਾਈਸਾਈਕਲ ਵਗੈਰਾ ਉਹ ਵੀ ਵੰਡਦੇ ਨੇ। ਬਹੁਤ ਵਧੀਆ ਸੁਸਾਇਟੀ ਦਾ ਕੰਮ ਚੱਲ ਰਿਹਾ ਇਹਨਾਂ ਦਾ, ਇਹ ਕਰਨਾ ਚਾਹੀਦਾ ਔਰ ਆਪਾਂ ਸਾਰਿਆਂ ਨੂੰ ਇਹਦੇ 'ਚ ਹਿੱਸਾ ਪਾਉਣਾ ਚਾਹੀਦਾ। ਕਾਫੀ ਲੋਕਾਂ ਨੂੰ ਦਿੱਤੇ ਅੱਜ ਪੰਜ ਸੌ ਹੋ ਗਿਆ। ਸਰ ਜਰਨੈਲ ਹਰੀ ਸਿੰਘ ਨਲੂਆ ਕਲਚਰ ਐਂਡ ਵੈਲਫੇਅਰ ਸੁਸਾਇਟੀ ਰਜਿਸਟਰਡ ਵੱਲੋਂ ਅੱਜ ਇਹ ਬਾਪੂ ਅਜੈਬ ਸਿੰਘ ਜੀ ਦੀ ਯਾਦ ਵਿੱਚ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਵਾ, ਜਿਸ ਦਾ ਉਦਘਾਟਨ ਮਾਨਯੋਗ ਸਰਪੰਚ ਸਾਹਿਬ ਸੇਵਾ ਸਿੰਘ ਗਿਆਸਪੁਰਾ, ਜੋ ਕਿ ਕੈਨੇਡਾ ਤੋਂ ਉਚੇਚੇ ਤੌਰ 'ਤੇ ਪਹੁੰਚੇ ਨੇ ਉਦਘਾਟਨ ਕਰਨ ਲਈ, ਉਹਨਾਂ ਨੇ ਅੱਜ ਉਦਘਾਟਨ ਕੀਤਾ। ਤਕਰੀਬਨ ਸਾਡੇ ਕੋਲ ਡਾਕਟਰ ਪ੍ਰਵਿੰਦਰ ਕੌਰ ਜੀ ਦੀ ਟੀਮ ਪੂਰੀ ਆਈ ਹੋਈ ਹੈ ਜੀ, ਅਤੇ ਅੰਦਾਜ਼ਾ 450 ਤੋਂ ਪਲੱਸ ਹੀ ਹੋ ਗਏ ਜੀ ਪੇਸ਼ੈਂਟ, ਜਿਨ੍ਹਾਂ ਨੇ ਅੱਜ ਦਾ ਜਿਹੜਾ ਚੈੱਕਅਪ ਵੀ ਕਰਾਇਆ ਅਤੇ ਉਹਨਾਂ ਨੂੰ ਫ੍ਰੀ ਮੈਡੀਸਨ ਵੀ ਦਿੱਤੀਆਂ ਗਈਆਂ ਅਤੇ ਨਾਲ ਖੂਨ ਵਗੈਰਾ, ਬਲੱਡ ਵਗੈਰਾ, ਸ਼ੂਗਰ ਵਗੈਰਾ ਉਹ ਵੀ ਫ੍ਰੀ ਮੁਫਤ ਚੈੱਕ ਕੀਤੀ ਜਾ ਰਹੀ ਹੈ। ਸਰ ਹੁਣ ਤੱਕ ਦੇਖਿਆ ਜਾਵੇ ਕਿੰਨੇ ਕੁ ਮੈਡੀਕਲ ਕੈਂਪ ਲਗਾ ਚੁੱਕੇ ਔਰ ਦਵਾਈਆਂ? ਸਰ ਸਾਡੀ ਸੁਸਾਇਟੀ ਵੱਲੋਂ ਜਿਵੇਂ ਪਿੱਛੇ ਤੁਹਾਨੂੰ ਪਤਾ ਹੀ ਹੈ, ਅਸੀਂ ਹਰ ਮੰਥਲੀ ਸਾਡਾ ਰਾਸ਼ਨ ਵੰਡ ਸਮਾਗਮ ਹੁੰਦਾ ਵਾ, ਐਤਕੀ 196 ਚੱਲ ਰਿਹਾ ਵਾ, ਅਸੀਂ ਰਾਸ਼ਨ ਵੀ ਇਸ ਤੋਂ ਬਾਅਦ ਵੰਡਾਂਗੇ। ਉਸ ਤੋਂ ਬਾਅਦ ਸਾਡਾ ਇਹ ਸਾਲ ਦੇ ਵਿੱਚ 2 ਅਸੀਂ ਫ੍ਰੀ ਮੈਡੀਕਲ ਕੈਂਪ ਲਾਉਂਦੇ ਹਾਂ ਅਤੇ ਇਹ ਸਾਡਾ ਤਕਰੀਬਨ ਸਾਨੂੰ 18 ਸਾਲ ਹੋ ਗਏ ਸੇਵਾ ਕਰਦੇ ਨੂੰ, ਅੱਜ ਸਾਡਾ 37ਵਾਂ ਮੈਡੀਕਲ ਕੈਂਪ। ਅੱਜ ਜਰਨੈਲ ਹਰੀ ਸਿੰਘ ਨਲੂਆ ਕਲਚਰ ਐਂਡ ਵੈਲਫੇਅਰ ਸੁਸਾਇਟੀ ਵੱਲੋਂ ਬਾਪੂ ਅਜੈਬ ਸਿੰਘ ਦੀ ਯਾਦ 'ਚ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ, ਜਿਹਦੇ ਵਿੱਚ ਕਾਫੀ ਪੇਸ਼ੈਂਟ ਹੁਣ ਤੱਕ ਟੈਸਟ ਵੀ ਕਰਾ ਚੁੱਕੇ ਨੇ। ਉਮੀਦ ਹੈ ਕਿ 400-500 ਪੇਸ਼ੈਂਟ ਇੱਥੇ ਦਵਾਈ ਲੈ ਕੇ ਜਾਊਗਾ ਔਰ ਟੈਸਟ ਵੀ ਫ੍ਰੀ ਕਰਾਏ ਜਾਂਦੇ ਆ, ਔਰ ਇਹ ਬਹੁਤ ਵਧੀਆ ਉਪਰਾਲਾ ਸੁਸਾਇਟੀ ਵੱਲੋਂ। ਇਹ ਤੁਹਾਡੇ ਮੀਡੀਆ ਰਾਹੀਂ ਮੈਂ ਦੱਸਣਾ ਚਾਹੁੰਦਾ ਵੀ ਹਰ ਪਿੰਡ ਹਰ ਜਗ੍ਹਾ 'ਤੇ ਇੱਦਾਂ ਦੇ ਫ੍ਰੀ ਮੈਡੀਕਲ ਕੈਂਪ ਲੱਗਣੇ ਚਾਹੀਦੇ ਆ ਤਾਂ ਕਿ ਲੋਕਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਹੂਲਤ ਮਿਲ ਸਕੇ।